एयर फिल्टर कौन है? हाँ पिंक पिंक मेरी आवाज सुबह कर दी हट गई हो केड़ी सुबह कहने कर दी आवाज सुबह मैं कदों आके आवाज कर दी मैं इधर मैं क्या ही मैं सर्विस कराने आया कौन लग गया हां नहीं तू बहुत दिन पहला गया सी हां बड़ी है बड़ी ਚੱਲ ਰੱਖ ਦੇ ਤੇ ਉੱਪਰੋਂ ਦਾ ਸਾਕ ਹਨਾ ਉੱਚੋਂ ਕਰਦਾ ਬਹੁਤ ਹੀ ਜ਼ਿਆਦਾ ਡਸਟ ਵੇਸਟੇਜ ਨਿਆ ਡਾਲੇਂਗੇ ਨਿਆ ਡਾਲੇਂਗੇ ਠੀਕ ਹੈ तेरी फोटो ले बंदा बहुत खतरनाक है मेरा ध्यान से देखिए साल में एयर फिल्टर मंगलैल फिल्टर और ये मोगलायल 35 का चल मोगलायल बंदा ही बहुत है तेल मड़ा है तेल मड़ा है के? नहीं हाँ थोड़ा काला हो ही है अच्छा अपने थलड़ा के तेल के में ਛੱਡਿਆ ਪਿਆ ਵੀ ਇਹਨੇ ਬਹੁਤਾ ਨਹੀਂ ਖਰਾਬ ਕਹਿ ਸਕਦਾ ਆਮ ਤੇਲ ਜਿਵੇਂ ਹੱਥ ਨੂੰ ਲੱਗ ਜਾਏ ਨਾ ਹਾਂ ਕਾਲਾ ਰਹਿੰਦਾ ਨਹੀਂ ਗਾ ਤੇਰਾ ਵਾਲਾ ਹਜੇ ਥੋੜੀ ਪਈ ਹੈ ਤੇਰਾ ਪਈ ਹੈ ਜਿਹੜਾ ਚੱਲ ਜਾਣੀ 1000 2000 ਨਾ 1000 ਕੇ ਚੱਲ ਜਾਣੀ ਹੈ ਕਿੰਨੀ ਚਲੀ 10000 ਥੋੜੀ ਉੱਪਰ ਚੱਲੀ ਹੈ ਇਹ ਤਾਂ ਹਾਂ ਠੀਕ ਹੈ ਬਿਲਕੁਲ ਚਿਕਨਾਟ ਪੂਰੀ ਪਈ ਹੈ ਯਾਰ ਇਹ ਤਾਂ ਆਪਣਾ ਠੀਕ ਹੈ ਕੰਮ ਹੈਨਾ ਵਧੀਆ ਸਭ ਤੋਂ ਪੁਰਾਣੀ ਕੰਪਨੀ ਹੈ ਸਰਵੋ ਸਰਵੋ ਹੋ ਗਈ ਜਾਂ ਮੈਲਸੀ ਹੋ ਗਿਆ ਲੋਕੀ ਪਹਿਲਾਂ ਇਹੀ ਪਾਉਂਦੇ ਸੀਗੇ ਅੱਛਾ ਅੱਛਾ ਤੋਂ ਇਹ ਰੋਂਦਾ ਪੈਸੇ ਬਣਾਏ ਲੋਕਾਂ ਦੇ ਸੰਖਿਆ ਦੇ ਕਿਤੇ ਆਏ ਆ ਇਹ ਤੇਰਾ ਕਮਾਈ ਕਰੀ ਜਾਂਦੇ ਇਹ ਜਿਹੜਾ ਸੰਥੈਟਿਕ ਹੈ ਸੰਥੈਟਿਕ ਸੰਥੈਟਿਕ ਹੈ ਮੇਰਾ ਕਿਹੜਾ ਹੈ ਪੰਤੀ ਹੈ ਸੰਥੈਟਿਕ ਹੈ ਸੰਥੈਟਿਕ ਨਹੀਂ ਹੈਗਾ ਸੰਥੈਟਿਕ ਹੀ ਹੈ ਅੱਛਾ ਕਿੱਥੋਂ ਪਤਾ ਲੱਗਦਾ ਸਿੰਥੈਟਿਕ ਦਾ ਉਹ 45 ਪੀ ਗ੍ਰੇਡੇਸ਼ਨ ਦੇ ਕਰ ਆਉਂਦਾ ਅੱਛਾ ਸਰਦਾਰ ਬੰਦੇ ਦਾ ਤੇ ਮੋਨੇ ਬੰਦੇ ਦਾ ਬਹੁਤ ਫਰਕ ਪੈਂਦਾ ਕਿਵੇਂ ਮਤਲਬ ਇੱਕ ਤਾਂ ਹੁਣ ਤੇਰਾ ਕੰਮ ਕਰ ਜੇ ਮੈਂ ਗੱਡੀ ਕਰਾਉਣੀ ਆ ਤੂੰ ਦੂਜੀ ਵਾਰ ਕਹੂਗਾ ਹੀ ਕਹੂਗਾ ਇਹ ਤਾਂ ਗੱਲ ਹੈਗੀ ਨੇਚਰ ਦਾ ਪਤਾ ਲੱਗ ਜਾਂਦਾ ਫਿਰ ਵਾਲਾ ਕਹਿੰਦਾ ਸਰਦਾਰ ਬੰਦਾ ਪਤਾ ਕੀ ਅੱਜ ਜਿਹੜੀ ਸਵਾਰੀ ਹੁਣ ਮੈਂ ਲੈ ਗਿਆ ਸੀਗਾ ਹਰੀਕੇ ਤੋਂ ਆਇਆ ਤੇ ਮੈਂ ਵੀਡੀਓ ਬੰਦ ਕਰ ਦੇਣਾ ਮੈਨੂੰ ਧੋ ਦੀ ਹੈ ਨਾ ਜੁਗਨੂੰ ਗਿਆ ਨੀ ਤੂੰ ਓ ਜੁਗਨੂੰ ਥੱਲੇ ਦੋ ਲੋਕ ਹੁੰਦੇ ਆ ਅੱਛਾ
ਹਾਂ ਬਈ ਹਾਂ ਵੀਰੇ ਵੇਖਦੇ ਨੇ ਬਸ ਪੰਜ ਸੱਤ ਮਿੰਟ ਤੇ ਮੈਂ ਵਾਪਸੀ ਤੇ ਦਿਖਾ ਕੇ ਜਾਵਾਂ ਮੇਰੇ ਪਾਸੇ ਰੱਖ ਮੇਰੇ ਪਾਸੇ ਮੇਰੇ ਪਾਸੇ ਮੇਰੇ ਪਾਸੇ ਹੈ ਲੱਗ ਜੂਗਾ ਥੱਲੋਂ ਵੇਖੀ ਥੱਲੋਂ ਹੈ ਮੈਂ ਲਾਉਣਾ ਤੂੰ ਥੱਲੋਂ ਵੇਖ ਬਾਬੇ ਜੀ ਵੀ ਕਹਿੰਦੇ ਸੀ ਕਹਿੰਦੇ ਉਹ ਨੀ ਗੁਰਦੁਆਰੇ ਵਿੱਚ ਰਹਿਣ ਨੂੰ ਵਿਗੜ ਦਿੰਦੇ ਨਾ ਵੇ ਨਹੀਂ ਦਿੱਕਤ ਹੋਈ ਨਾ ਬਾਬੇ ਕੇ ਹਾਂ ਹਾਂ ਇਹ ਪ੍ਰੋਬਲਮ ਮਿਲ ਜੂਗੀ ਨਾ ਕਿਵੇਂ ਕਹਿੰਦੇ ਡਰਾਈਵਰਾਂ ਨੂੰ ਅਲਾਊਡ ਨੀ ਇੱਥੇ ਡਰਾਈਵਰਾਂ ਨੂੰ ਐਂ ਯਾਰ ਉਹ ਅਲਾਊਡ ਤਾਂ ਹੈਗਾ ਵੀ ਗੱਡੀ ਬਾਹਰ ਲਾਓ ਬਸ ਪੈ ਜਾਓ ਹਾਂ ਡਰਾਈਵਰ ਪਤਾ ਕੀ ਫਿਰ ਮੋਬਾਈਲ ਯੂਜ਼ ਕਰੀ ਜਾਂਦੇ ਉਹ ਕਹਿੰਦੇ ਮੋਬਾਈਲ ਨਾ ਵਰਤੋ ਇਹ ਕਿੱਥੇ ਰਹਿੰਦੇ ਬਾਬੇ ਕੀ ਕਹਿੰਦੀ ਕਿਹੜਾ ਕਿੱਥੇ ਆ ਏਅਰਪੋਰਟ ਦੇ ਬੈਕ ਸਾਈਡ ਦਿੱਲੀ ਏਅਰਪੋਰਟ ਦੀ ਜਗ੍ਹਾ ਬੈਕ ਸਾਈਡ ਹਾਂ ਵਧੀਆ ਗੁਰਦੁਆਰਾ ਯਾਰ ਲੰਗਰ ਫ੍ਰੀ ਹੈਂ ਲੰਗਰ ਫ੍ਰੀ ਲੰਗਰ ਗੁਰਦੁਆਰੇ ਪੈਸੇ ਥੋੜੇ ਲੱਗਦੇ ਹੁੰਦੇ ਆ ਜਿਹੜੇ ਸਾਨੂੰ ਮੈਂ ਵੀ ਬੰਦ ਕਰੀ ਜਾਂਦੇ ਡਰਾਈਵਰ ਵਾਸਤੇ ਮੈਂ ਹੋ ਸਕਦਾ ਵੀ ਥੋੜੀ ਬੰਦੀ ਦੇ ਨਾਲ ਵਧਾ ਦਿੱਤੀ ਥੋੜੀ ਕਾਸ਼ ਉਹਦੇ ਯਾਰ ਪਿੱਕ ਡਰੋਪ ਵਾਲੇ ਉੱਥੇ ਖਰਾਬ ਕਰਦੇ ਨਾ ਫਿਰ ਉੱਥੇ ਕਮਰੇ 'ਚ ਬਹਿ ਕੇ ਵੇਖੀ ਜਾਂਦੇ ਵੀ ਹੁਣ ਕੋਈ ਮੈਸੇਜ ਆਇਆ ਉਹ ਚੱਕ ਲਈ ਉਹ ਚੱਕ ਲਈ ਉਹ ਕੰਮ ਖਰਾਬ ਕਰਦੇ ਆ ਮੈਸੇਜ ਮਤਲਬ ਹੈਂ ਮੈਸੇਜ ਕਿਵੇਂ ਉੱਥੇ ਹਾਂ ਪਿਕ ਡਰੋਪ ਵਾਲੇ ਐਂ ਚੱਕਰਦੇ ਰਹਿੰਦੇ ਨਾ ਵੀ ਉੱਥੇ ਵੀ ਉੱਥੋਂ ਸਵਾਰੀ ਆਈ ਆਈ ਇੰਨੇ ਵਜੇ ਚੱਕ ਲਿਓ ਇੰਨੇ ਵਜੇ ਆਹ ਕਰ ਲਿਓ ਉਹ ਫਿਰ ਇਸ ਗੱਲੋਂ ਖਰਾਬ ਹੋ ਜਾਂਦਾ ਉਹ ਕਹਿੰਦੇ ਮੋਬਾਈਲ ਨਾ ਯੂਜ਼ ਕਰੋ ਬੈਠੋ ਤੁਸੀਂ ਕੋਈ ਗੱਲ ਨਹੀਂ ਜਾਂ ਫਿਰ ਆਪਦੀ ਗੱਡੀ 'ਚ ਬੈਠੋ ਜਾਓ ਬਾਹਰ ਜਾ ਕੇ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈ ਬਹੁ ਵੀ ਆਪਣੀ ਸਰਵਿਸ ਹੋ ਗਈ ਹੈ ਆਪਣੀ ਨਹੀਂ ਮਤਲਬ ਕਾਰ ਦੀ ਸਰਵਿਸ ਹੋ ਗਈ ਹੈ ਤੇਲ ਪੈ ਗਿਆ ਅਤੇ ਬਸ ਇੰਨਾ ਹੀ ਕੰਮ ਹੁੰਦਾ ਸੀ ਜਿੰਨਾ ਕਿ ਤੁਸੀਂ ਵੀਡੀਓ 'ਚ ਵੇਖਿਆ ਇਹਨੇ 3.2 ਪੈਂਦਾ ਸਾਢੇ ਤਿੰਨ ਪੈ ਜਾਂਦਾ ਵਧੀਆ ਰਹਿੰਦਾ ਤਾਂ ਇਹ ਤਾਂ 10,000 ਉੱਪਰ ਚੱਲ ਜਾਂਦੀ ਹੈ ਅੱਛਾ ਨਹੀਂ ਨਹੀਂ ਪਰਫੈਕਟ ਰਹੇਗਾ ਓਕੇ